ਸਵੇਰੇ ਅਰਲੀ ਮਾਰਨਿੰਗ ਤੋਂ ਅਸੀਂ ਰੇਡ ਕੰਡਕਟ ਕਰ ਰਹੇ ਸੀਗੇ ਜੀ ਤਕਰੀਬਨ 8:30-9 ਦੇ ਕਰੀਬ ਇਹਦੇ ਨਾਲ ਫਾਇਰਿੰਗ ਸਾਡੀ ਸ਼ੁਰੂ ਹੁੰਦੀ ਆ ਫਾਇਰਿੰਗ ਤੋਂ ਬਾਅਦ ਪਹਿਲੋ ਕਿਤੇ ਹੋਰ ਜਗ੍ਹਾ ਲੁਕਦਾ ਆ ਉੱਥੇ ਵੀ ਸਾਡੀਆਂ ਸਰਚ ਪਾਰਟੀਜ਼ ਇਹਨੂੰ ਲੱਭ ਲੈਂਦੀਆਂ ਆ ਉੱਥੇ ਫਿਰ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਫਿਰ ਕਮਾਦ ਦੇ ਵਿੱਚ ਲੁਕ ਜਾਂਦਾ ਆ ਸੋ ਕਮਾਦ ਦਾ ਆਪਰੇਸ਼ਨ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਕਿਉਂਕਿ ਇਹਦੇ 'ਚ ਇਹ ਵੀ ਹੁੰਦਾ ਕਿ ਅੱਗੇ ਨਜ਼ਰ ਨਹੀਂ ਆਉਂਦਾ ਹੁੰਦਾ ਅਸੀਂ ਹਰ ਚੀਜ਼ ਦੀ ਸੇਫਟੀ ਨੂੰ ਮੱਦੇਨਜ਼ਰ ਰੱਖ ਕੇ ਚੱਲਣਾ ਆ ਅਲਟੀਮੇਟਲੀ ਜਦੋਂ ਹੋਰ ਹੋਇਆ ਫਿਰ ਅਸੀਂ ਇਹ ਵੀ ਕੀਤਾ ਤੇ ਅੱਗੇ ਝੋਨੇ ਲਗਾ ਝੋਨੇ ਤੋਂ ਫਿਰ ਇਹਨੂੰ ਅਸੀਂ ਕੀਤਾ ਕਿੰਨੀ ਕੁ ਫਾਇਰਿੰਗ ਕੀਤੀ ਗਈ ਦੋਨੇ ਹਾਂ ਨੇ ਵੀ ਤੋਂ 30 ਫਾਇਰ ਕੀਤੇ ਤੇ ਪੁਲਿਸ ਪਾਰਟੀ ਵੱਲੋਂ ਵੀ 30 ਤੋਂ 35 ਫਾਇਰ ਹੋਏ ਸਰ ਕਿੱਥੋਂ ਆ ਰਹੇ ਤੇ ਕਿੱਥੇ ਜਾ ਰਿਹਾ ਸੀ ਦੇਖੋ ਹੁਣ ਇਹ ਤਾਂ ਹੁਣ ਪੁੱਛਗਿੱਛ ਕਰਾਂਗੇ ਜੀ ਕਿ ਆ ਰਿਹਾ ਸੀ ਕੀ ਪੁਲਿਸ ਦਾ ਸੂਚਨਾ ਨਹੀਂ ਪੁਲਿਸ ਨੂੰ ਕਿਸ ਤਰ੍ਹਾਂ ਸੂਚਿਤ ਸੀ ਮੈਂ ਭਾਈ ਸਾਹਿਬ ਸਰ ਕਿੰਨੇ ਬੰਦੇ ਅਰੈਸਟ ਕੀਤੇ ਹੋਏ ਹੁਣ ਤੱਕ ਅਸੀਂ ਇਹਨੂੰ ਅਰੈਸਟ ਕੀਤਾ ਸਰ ਜਿਹੜੇ ਦੋ ਹੋਰ ਅਰੈਸਟ ਕੀਤੇ ਜਿਹੜੇ ਗੱਡੇ ਹੋਏ ਮੈਂ ਹਲੇ ਕਿਉਂਕਿ ਜੀ ਸਵੇਰ ਦਾ ਸੀ ਇੱਧਰ ਹੀ ਲੱਗੇ ਹੋਏ ਆ ਮੈਂ ਉਹਦੇ ਬਾਰੇ ਹਲੇ ਕੁਝ ਨਹੀਂ ਪਰ ਚਾਰ ਬੰਦੇ ਹੀ ਨਾਕੇ ਲਾ ਕੇ ਬੈਠੇ ਸੀ ਸਰ ਉਹਦਾ ਵੀ ਮਤਲਬ ਚਾਰ ਬੰਦਾ ਨਾਕੇ ਲਾ ਕੇ ਬੈਠੇ ਮਗਰ ਉਹ ਦੇਖੋ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰ ਰਿਹਾ ਜੀ ਹੁਣ ਤੁਹਾਨੂੰ ਅਸੀਂ ਕੀ ਡਿਟੇਲ ਇਹਦੇ ਬਾਰੇ ਕਿੱਦਾਂ ਸਾਡਾ ਆਪਰੇਸ਼ਨ ਹੋਇਆ ਕੀ ਨਹੀਂ ਹੋਇਆ ਮੈਂ ਡਿਟੇਲ ਨਹੀਂ ਤੁਸੀਂ ਐਂਡ ਰਿਜ਼ਲਟ ਦੇਖੋ ਅਸੀਂ ਕਾਮਯਾਬ ਹੋਏ ਹਾਂ ਹਾਂ ਜ਼ਖਮੀ ਹੋਏ ਨੇ ਗੋਲੀ ਵੱਜੀ ਹੋਈ ਹੈ ਜੀ ਇਕੱਲਾ ਹੀ ਸੀ ਸਰ ਹਾਂਜੀ ਇਕੱਲਾ ਹੀ ਸੀ ਸਰ ਹਾਂ ਇਹ ਇਕੱਲਾ ਹੀ ਅਰੈਸਟ ਹੋਇਆ ਸਰ ਜੇ ਪਤਾ ਚੱਲ ਰਿਹਾ ਸੀ ਕਿ ਇਸਦੀ ਪਤਨੀ ਵੀ ਨਾਲ ਸੀ ਮੈਂ ਹਲੇ ਇਹਦੇ ਬਾਰੇ ਕੁਝ ਨਹੀਂ ਦੱਸ ਸਕਦਾ ਜੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਸਵੇਰ ਦਾ ਤੁਸੀਂ ਵੀ ਸਾਡੇ ਨਾਲ ਹੀ ਹੋ ਸਾਰੇ ਅਸੀਂ ਸਾਡੀ ਪ੍ਰਾਇੋਰਟੀ ਸੀਗੀ ਹੁਣ ਉਸ ਤੋਂ ਬਾਅਦ ਬਾਕੀ ਅਸੀਂ ਸਾਰੀ ਇਨਵੈਸਟੀਗੇਟ ਕਰਾਂਗੇ ਸਰ ਕੇਸ ਕਿਹੜੇ ਨੇ ਇਹਦੇ ਤਕਰੀਬਨ 2 ਤੋਂ 307 ਦੇ ਸਾਡੇ ਇੱਥੇ ਹੀ ਅਸੀਂ ਰਜਿਸਟਰ ਕੀਤੇ ਆ ਬਟਾਲੇ 'ਚ ਇੱਕ ਸਦਰ ਬਟਾਲੇ 'ਚ ਇੱਕ ਰਗੜ ਨੰਗਲ 'ਚ ਪਿਛਲੇ 15 ਦਿਨ ਤੋਂ ਸਾਡੇ ਏਰੀਆ 'ਚ ਐਕਟਿਵ ਸੀਗਾ ਔਰ 4 ਤੋਂ 5 ਕੇਸ ਇਹਦੇ ਅੰਮ੍ਰਿਤਸਰ ਰੂਰਲ 'ਚ ਵੀ ਰਜਿਸਟਰ ਆ ਇੱਥੋਂ ਦੇ ਰਹਿਣ ਵਾਲਾ ਸੀ ਕਿ ਕਿਤੋਂ ਅੰਮ੍ਰਿਤਸਰ ਰੂਰਲ ਦਾ ਅੰਮ੍ਰਿਤਸਰ ਰੂਰਲ ਜਿਨ੍ਹਾਂ ਦੇ ਵੱਲੋਂ ਪਨਾਹ ਦਿੱਤੀ ਗਈ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਵੇਗੀ ਸਰ ਪਨਾਹ ਦਿੱਤੀ ਗਈ ਜਿਨ੍ਹਾਂ ਦੇ ਵੱਲੋਂ ਕਹਿੰਦੇ ਸਪੀਡ ਦੇ ਵਿੱਚ ਐਸਐਚਓ ਮਨਵੀਰ ਦੇ ਉੱਤੇ ਨਹੀਂ ਐਸਐਚਓ ਤੇ ਫਾਇਰਿੰਗ ਨਹੀਂ ਸੀ ਹੋਈ ਜੀ ਇਹਨੇ ਇਹਨੇ ਪਰਸੋਂ ਇਹਦੇ ਤੇ 307 ਦਾ ਪਰਚਾ ਦਰਜ ਹੋਏ ਨੇ ਇਲਾਕੇ 'ਚ ਕਿਸੇ ਤੇ ਫਾਇਰਿੰਗ ਕੀਤੀ ਸੀਗੀ ਤਾਂ ਹੀ ਸਾਡੇ ਇਹ ਧਿਆਨ 'ਚ ਆਇਆ ਤਾਂ ਉਦੋਂ ਤੋਂ ਅਸੀਂ ਇਹਦੇ ਪਿੱਛੇ ਲੱਗੇ ਹੋਏ ਹੁਣ ਇਹਨੂੰ ਕਿਹੜੇ ਹਸਪੀਟਲ ਲੈ ਕੇ ਜਾਗੇ ਸਾਡੀ ਪਾਰਟੀ ਗਈ ਹੈ ਜੀ ਸਿਵਲ ਹਸਪੀਟਲ ਜਾਵਾਂ ਜਖਮੀ ਕਿਵੇਂ ਹੋਇਆ ਸਰ ਗੋਲੀ ਨਾਲ ਪੁਲਿਸ ਦੀ ਬੁਲਟ ਕਿੰਨੀ ਫਾਇਰਿੰਗ ਹੋਈ ਆ ਫਾਇਰਿੰਗ 30 ਤੋਂ 35 ਇਹਨੇ ਕੀਤੀਆਂ ਜੀ ਤੇ ਇੰਨੀਆਂ ਕੀ ਸਰ ਇਹਨਾਂ